ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪ੍ਰੋਗਰਾਮ ਖਾਲਸਾ ਪੰਥ ਦੇ ਨਵੇਂ ਸਾਲ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਇਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਾਏ ਸਨ, ਜਿਨ੍ਹਾਂ ਦੇ ਨਿਰਵਿਘਨਤਾ ਨਾਲ ਭੋਗ ਪਾਏ ਗਏ। 12:01 ਉੱਪਰ ਨਵਾਂ ਸਾਲ ਚੜ੍ਹ ਜਾਣਾ ਹੈ। ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਵਧਾਈ ਦੇਣਾ ਹੈ। ਜਿਸ ਕੌਮ ਦਾ ਰੀਤੋ ਰਿਵਾਜ, ਇਤਿਹਾਸ, ਭਾਸ਼ਾ, ਦਿਨ ਦਿਹਾਰ ਖਤਮ ਹੋ ਜਾਣ, ਉਹ ਕੌਮਾਂ ਖਤਮ ਹੋ ਜਾਂਦੀਆਂ। ਪਰ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਸਮੇਂ ਸਮੇਂ ਤਾਜ਼ਾ ਕਰਦੀਆਂ ਰਹਿੰਦੀਆਂ, ਉਹ ਜਿੰਦਾ ਰਹਿੰਦੀਆਂ। ਸਾਡਾ ਮੁਲਕ, ਸਾਡਾ ਦੇਸ਼ ਬਹੁਤ ਲੰਬਾ ਸਮਾਂ ਗੁਲਾਮ ਰਿਹਾ। ਸਾਡੇ ਮਨ ਦੇ ਉੱਤੋਂ ਗੁਲਾਮੀ ਦਾ ਡਰ ਨਹੀਂ ਲੱਥਾ। ਅਸੀਂ ਗੁਲਾਮੀ ਨੂੰ ਮਨਜ਼ੂਰ ਕਰਦੇ ਰਹੇ। ਗੁਲਾਮੀ ਵਿੱਚ ਦਿਨ ਕੱਟਣੇ ਹੋਰ ਗੱਲ ਹੈ, ਗੁਲਾਮੀ ਨੂੰ ਤਸਲੀਮ ਕਰਨਾ ਹੋਰ ਗੱਲ ਹੈ। ਤਸਲੀਮ ਦਾ ਮਤਲਬ ਮੰਨਣਾ। ਇਸ ਗੱਲ ਨੂੰ ਮੁੱਖ ਰੱਖ ਕੇ 6ਵੇਂ ਪਾਤਸ਼ਾਹ ਨੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਸੀ। ਜੇ ਭਗਤੀ ਭਜਨ ਹੀ ਇਕੱਲਾ ਕਰਨਾ ਹੁੰਦਾ ਤਾਂ ਗੋਲਡਨ ਟੈਂਪਲ ਹਰਿਮੰਦਰ ਸਾਹਿਬ ਬਣੇ ਸੀ, ਜੋ ਪਹਿਲੇ ਗੁਰੂ ਸਾਹਿਬਾਨਾਂ ਨੇ ਬਣਾਏ ਸੀ। ਪਰ ਇਹ ਜਿਹੜਾ ਗੁਰੂ ਨਾਨਕ ਮਿਸ਼ਨ ਹੈ, ਇਹਦੀ ਪ੍ਰਫੁੱਲਤਾ, ਇਹਦੀ ਸੰਪੂਰਨਤਾ ਕਰਨ ਲਈ 6ਵੇਂ ਪਾਤਸ਼ਾਹ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਕਿ ਜਿੱਥੇ ਅਸੀਂ ਭਗਤੀ ਕਰਨੀ ਹੈ, ਸ਼ਕਤੀ ਲੈ ਕੇ ਰਾਜ ਭਾਗ ਵੀ ਕਰਨਾ। ਅਸੀਂ ਗੁਲਾਮੀ ਮਨਜ਼ੂਰ ਨਹੀਂ ਕਰਨੀ। ਗੁਲਾਮੀ ਵਿੱਚ ਦਿਨ ਕੱਟ ਸਕਣੇ ਹੈ ਪਰ ਗੁਲਾਮੀ ਨੂੰ ਮੰਨਣਾ ਨਹੀਂ। ਫਿਰ ਸੰਪੂਰਨਤਾ ਕਰਤੀ ਗੁਰੂ ਗੋਬਿੰਦ ਸਿੰਘ ਜੀ ਨੇ। ਅਨੰਦਪੁਰ ਸਾਹਿਬ ਦੀ ਧਰਤੀ 'ਤੇ 80,000 ਦਾ ਇਕੱਠ ਹੋ ਗਿਆ ਸਿੱਖਾਂ ਦਾ ਬੁਲਾਵੇ ਦੇ ਤੇ, ਆਓ ਗੁਰਸਿੱਖੋ, ਅੱਕ ਮੈਂ ਤੁਹਾਨੂੰ ਇੱਕ ਪ੍ਰੋਗਰਾਮ ਦੇਣਾ। 80,000 ਲੋਕ ਬੈਠੇ ਸੀ। ਕੱਢ ਕੇ ਮਿਆਨ 'ਚੋਂ ਤਲਵਾਰ, ਕਹਿੰਦਾ ਮੈਨੂੰ ਇੱਕ ਸਿਰ ਦੀ ਲੋੜ ਹੈ, ਸਿਰ ਦੀ ਲੋੜ ਹੈ। ਸਨਾਟਾ ਛਾ ਗਿਆ, ਕੁਝ ਭੱਜਣ ਲੱਗੇ, ਸਿਰੜੀ ਬੈਠੇ ਰਹੇ। ਅਲੱਗ ਅਲੱਗ ਇਲਾਕਿਆਂ 'ਚੋਂ, ਅਲੱਗ ਅਲੱਗ ਫਿਰਕਿਆਂ 'ਚੋਂ 5 ਸਿੰਘ ਆਏ ਔਰ ਉਹ ਖਾਲਸਾ ਪੰਥ ਸਾਜਤਾ। ਇਹ ਮੈਂ ਗੱਲ ਤਾਂ ਦੱਸ ਰਿਹਾ ਕਿ ਖਾਲਸਾ ਗੁਲਾਮੀ ਦੇ ਵਿੱਚ ਦੇਣ ਕੱਟ ਸਕਦਾ ਹੈ, ਤਸ਼ੱਦਦ ਬਰਦਾਸ਼ਤ ਕਰ ਸਕਦਾ ਹੈ, ਪਰ ਗੁਲਾਮੀ ਮੰਨਦਾ ਨਹੀਂ। ਇਸ ਕਰਕੇ ਖਾਲਸਾ ਛਾਜਿਆ ਗਿਆ ਕਿ ਖਾਲਸਾ ਤੂੰ ਜ਼ੁਲਮ ਦਾ ਟਾਕਰਾ ਕਰਨਾ, ਜ਼ਾਲਮ ਦੇ ਖਿਲਾਫ ਆਵਾਜ਼ ਉਠਾਉਣੀ ਹੈ। ਅਤੇ ਜਦੋਂ ਇਹ ਹਦਾਇਤਾਂ ਖਾਲਸੇ ਨੂੰ ਕੀਤੀਆਂ, ਸਰਕਾਰਾਂ ਫਿਰ ਕਦੋਂ ਚੁੱਪ ਕਰਕੇ ਬੈਠ ਸਕਦੀਆਂ? ਕਿਉਂਕਿ ਹਮੇਸ਼ਾ ਸਰਕਾਰਾਂ ਜ਼ੁਲਮ ਕਰਦੀਆਂ,
ਅਤੇ ਜ਼ੁਲਮ ਦੇ ਖਿਲਾਫ ਖਾਲਸਾ ਡਟਦਾ ਆਇਆ ਅਤੇ ਡਟਦਾ ਜਾ ਰਿਹਾ। ਇਹਦੀ ਜਿਹੜੀ ਇਤਿਹਾਸ ਸਿਰਜਣ ਦੀ ਗੱਲ ਹੈ, ਆਮ ਲੋਕ ਕਹਿੰਦੇ ਸੀ ਅਤੇ ਇਤਿਹਾਸ ਕਹਿੰਦਾ ਹੈ ਸੱਚੀਆਂ ਗੱਲਾਂ ਕਿ 40 ਸਿੰਘ ਚਮਕੌਰ ਦੀ ਗੜੀ ਦੇ ਵਿੱਚ ਲੱਖਾਂ ਦੀ ਫੌਜਾਂ ਦੇ ਨਾਲ ਮੁਕਾਬਲਾ ਕੀਤਾ। ਬੁੱਲਣ ਲੋਕ ਕਹਿੰਦੇ ਇਹ ਆਪਦੀ ਗੱਲ ਬਣਾਉਂਦੇ ਆ, 40 ਬੰਦੇ ਲੱਖਾਂ ਨਾਲ ਨਹੀਂ ਲੜ ਸਕਦੇ। ਮੈਂ ਇਤਿਹਾਸ ਦੀ ਗੱਲ ਕੀਤੀ ਆ ਕਿ ਜਿਹੜੀ ਕੌਮ ਇਤਿਹਾਸ ਨਹੀਂ ਸਿਰਜਦੀ, ਨਹੀਂ ਤਾਜ਼ਾ ਕਰਦੀ, ਉਹ ਕੌਮ ਆਜ਼ਾਦ ਨਹੀਂ ਰਹਿ ਸਕਦੀ। ਸੰਤ ਜਰਨੈਲ ਸਿੰਘ ਖਾਲਸਾ ਜੀ ਨੇ ਉਹ ਚਮਕੌਰ ਦੀ ਗੜੀ ਦੀ ਜੰਗ ਦੁਬਾਰਾ ਤਾਜ਼ਾ ਕੀਤੀ। ਮੈਂ ਨਹੀਂ ਜਾਣਦਾ ਕਿ ਉੱਥੇ ਗਿਣਤੀ ਦੇ ਖਾਸ ਕਰਕੇ ਕਿੰਨੇ ਸੀ, ਪਰ ਥੋੜ੍ਹੀ ਨਫਰੀ ਦੇ ਵਿੱਚ ਜੇ 40 ਨਹੀਂ ਤਾਂ 50 ਨਹੀਂ ਤਾਂ 100 ਹੋ ਸਕਦਾ। ਪਰ ਦੂਜੇ ਪਾਸੇ 10 ਡਿਵੀਜ਼ਨ ਫੌਜ, ਇੱਕ ਡਿਵੀਜ਼ਨ ਦੀ ਨਫਰੀ 10 ਤੋਂ 12 ਹਜ਼ਾਰ ਹੁੰਦੀ ਹੈ, ਸਾਰੇ ਪੰਜਾਬ ਦੇ ਵਿੱਚ ਆਏ ਸੀ। ਉਹਦਾ ਮੁਕਾਬਲਾ ਸੰਤ ਜਰਨੈਲ ਸਿੰਘ ਖਾਲਸਾ ਦੀ ਕਮਾਂਡ ਥੱਲੇ ਜਨਰਲ ਸ਼ਵੇਕ ਸਿੰਘ, ਭਾਈ ਅਮਰੀਕ ਸਿੰਘ ਅਤੇ ਨਾਲ ਦੇ ਸਾਥੀ ਸਿੰਘ ਸੂਰਮੇ, ਉਹਨਾਂ ਨੇ ਮੁਕਾਬਲਾ ਕੀਤਾ। ਲਾਊਡ ਸਪੀਕਰ 'ਤੇ ਆਵਾਜ਼ਾਂ ਦਿੱਤੀਆਂ ਕਿ ਆਓ, ਤੁਹਾਨੂੰ ਰੁਤਬੇ ਦਿਆਂਗੇ, ਤੁਹਾਨੂੰ ਰਾਜ ਭਾਗ ਦਿਆਂਗੇ, ਤੁਸੀਂ ਸਾਡੇ ਕੋਲ ਆ ਜਾਓ। ਜੁੱਤੀ ਦੀ ਨੋਕ ਨਾਲ ਠਕਰਾਤੀਆਂ ਗੱਲਾਂ, ਕਿਸੇ ਬੰਦੇ ਨੇ ਹੱਥ ਖੜਾ ਨਹੀਂ ਕੀਤਾ, ਕਿਸੇ ਬੰਦੇ ਨੇ ਖੜਾ। ਔਰ ਇਹਦੇ ਮੁਕਾਬਲੇ 'ਚ ਬੰਗਲਾਦੇਸ਼ ਦੀ ਲੜਾਈ ਹੋਈ ਸਨ 71 ਦੇ ਵਿੱਚ। 93-94 ਹਜ਼ਾਰ ਮੁਸਲਮਾਨਾਂ ਦੀ ਫੌਜ ਹਥਿਆਰਾਂ ਦੇ ਨਾਲ ਹੱਥ ਖੜੇ ਕਰਤੇ। ਜਨਰਲ ਨਿਆਜ਼ੀ ਸੀ ਮੁਸਲਮਾਨਾਂ ਦਾ, ਸਾਡਾ ਸੀ ਜਨਰਲ ਜਗਜੀਤ ਸਿੰਘ ਅਰੋੜਾ। ਉਹਨੇ ਜਨਰਲ ਨਿਆਜ਼ੀ ਕੋਲੋਂ ਹਥਿਆਰ ਸਟਾਏ ਸਾਹਮਣੇ ਔਰ ਸਾਰੀ ਫੌਜ ਨੇ ਸਰੈਂਡਰ ਕਰਤਾ। ਔਰ ਸਾਡੇ ਚੰਦ ਸਿੰਘਾਂ ਨੇ, ਸੂਰਮਿਆਂ ਨੇ ਸਰੈਂਡਰ ਨਹੀਂ ਕੀਤਾ। ਔਰ ਇਹ ਇਤਿਹਾਸ ਦੁਬਾਰਾ ਰਿਪੀਟ ਹੋਇਆ। ਉੱਧਰ ਮੱਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਵੇਸਵਾਦਾ ਨਾ ਡਾਂਸ ਕਰਾਉਂਦਾ ਸੀ, ਬੇਅਦਬੀ ਕਰਦਾ ਸੀ। ਬਾਬੇ ਬੁੱਢੇ ਦੀ ਵਾਹਿਗੁਰੂ ਬੁੱਢਾ ਜੌੜ ਤੋਂ ਸਿੰਘ ਚੱਲ ਕੇ ਆਏ, ਉਹਨਾਂ ਨੇ ਸਿਰ ਵੱਢ ਕੇ ਮੱਸੇ ਰੰਗੜ ਦਾ ਜਾ ਕੇ ਹਾਜ਼ਰ ਕਰਤਾ। ਔਰ ਇਸ ਇਤਿਹਾਸ ਨੂੰ ਦੁਬਾਰਾ ਬਣਾਉਣ ਲਈ ਸੁੱਖੇ ਅਤੇ ਜਿੰਦੇ ਨੇ ਕੁਰਬਾਨੀ ਕੀਤੀ। ਜਿਸ ਜਨਰਲ ਬੈਦਿਆ ਨੇ ਸਾਡੇ ਦਰਬਾਰ 'ਤੇ, ਸਿੱਖ ਕੌਮ ਦੇ ਦਰਬਾਰ 'ਤੇ, ਮਾਨਵਤਾ ਦੇ ਦਰਬਾਰ 'ਤੇ ਹਮਲਾ ਕੀਤਾ, ਉਹਨੂੰ ਉਹਦੇ ਘਰ ਵਿੱਚ ਜਾ ਕੇ ਮਾਰਿਆ। ਇਹ ਮੱਸੇ ਰੰਗੜ ਤੋਂ ਕੋਈ ਘੱਟ ਗੱਲ ਨਹੀਂ ਸੀ। ਅੰਡਰ ਪ੍ਰੋਟੈਕਸ਼ਨ ਜਨਰਲ ਬੈਦਿਆ ਦੇ ਨਾਲ ਕਿੰਨੀਆਂ ਫੌਜਾਂ, ਕਿੰਨੇ ਹਥਿਆਰ ਸੀ, ਉਹ ਕੀਤਾ। ਇੱਥੇ ਬਸ ਨਹੀਂ, ਇੰਦਰਾ ਗਾਂਧੀ, ਉਹਦੇ ਘਰ ਵਿੱਚ ਉਹਦਾ ਭੁਲੇਖਾ ਨਹੀਂ ਰਹਿਣ ਦਿੱਤਾ। ਉਹਨੇ ਇੱਥੇ ਹਮਲਾ ਕੀਤਾ ਅਤੇ ਉਹਨੂੰ ਉਹਦੇ ਘਰ ਵਿੱਚ ਜਾ ਕੇ ਸੁਤੰਤ ਸਿੰਘ ਅਤੇ ਬੇਅੰਤ ਸਿੰਘ ਅਤੇ ਕੇਹਰ ਸਿੰਘ ਦੇ ਪਲਾਣ ਦੇ ਨਾਲ ਉਹਦਾ ਖਾਤਮਾ ਕੀਤਾ। ਇਹ ਗੱਲਾਂ ਕੋਈ ਜਜ਼ਬਾਤੀ ਨਹੀਂ, ਤੱਥਾਂ ਦੇ ਆਧਾਰਿਤ ਹੈ, ਤੁਹਾਡੇ ਸਾਹਮਣੇ ਹੋਈਆਂ। ਇਸ ਕਰਕੇ ਇਤਿਹਾਸ ਜਿੰਦਾ ਖਾਲਸਾ ਪੰਥ ਦਾ। ਇਹ ਵੱਖਰੀ ਗੱਲ ਹੈ ਕਿ ਸਾਡਾ ਬਹੁਤ ਵੱਡਾ ਹਿੱਸਾ ਹਿੰਦੁਸਤਾਨ ਦਾ ਉਹ ਗੁਲਾਮੀ ਨੂੰ ਮਨਜ਼ੂਰ ਕਰ ਰਿਹਾ,
ਸਾਡਾ ਭਾਈਚਾਰਾ ਵੀ ਕਾਫੀ ਗੁਲਾਮੀ ਨੂੰ ਮਨਜ਼ੂਰ ਕਰ ਰਿਹਾ, ਪਰ ਮੈਨੂੰ ਇਸ ਗੱਲ ਦੀ ਜਾਂ ਗੁਰਸਿੱਖਾਂ ਨੂੰ ਖਾਲਸਿਆਂ ਨੂੰ ਕੋਈ ਚਿੰਤਾ ਨਹੀਂ ਕਿ ਸਿੱਖ 80,000 ਬੈਠਾ ਸੀ, ਉਹਦੇ 'ਚ 5 ਹੀ ਨਿਤਰੇ ਸੀ, ਔਰ 5 ਨੇ ਗੁਲਾਮੀ ਨੂੰ ਨਹੀਂ ਮੰਨਿਆ। ਜੇ 5 ਨੇ ਆਜ਼ਾਦੀ ਦੀ ਗੱਲ ਕੀਤੀ ਤਾਂ ਸੰਤ ਜਰਨੈਲ ਸਿੰਘ ਯੋਧੇ ਨੇ ਹਰੇਕ ਸਟੇਜ 'ਤੇ ਕਿਹਾ, ਉਹ ਗੁਰਸਿੱਖੋ ਆਪਾਂ ਗੁਲਾਮ ਹੈ, ਆਪਾਂ ਗੁਲਾਮ ਹੈ। ਪਰ ਆਪਾਂ ਉਸ ਗੱਲ ਨੂੰ ਸਮਝਿਆ ਨਹੀਂ। ਉਹ ਬਾਰ ਬਾਰ ਕਹਿੰਦੇ ਸੀ, ਤੱਥਾਂ ਦੇ ਅਧਾਰਤ ਗੱਲਾਂ ਕਰਦੇ ਸੀ ਕਿ ਅਸੀਂ ਗੁਲਾਮ ਕਿਉਂ ਹੈ, ਉਹ ਤੁਹਾਨੂੰ ਦੱਸਦੇ ਸੀ। ਪੁੱਲੜ ਲੋਕਾਂ ਨੂੰ ਭੁਲੇਖਾ ਪੈ ਗਿਆ, ਜਿਸ ਕਰਕੇ ਅੱਜ ਅਸੀਂ ਜਲਾਲਤ ਵਿੱਚ, ਗੁਲਾਮੀ ਦੇ ਵਿੱਚ ਦਿਨ ਕੱਟ ਰਹੇ ਹਾਂ। ਅੱਜ ਸਾਡਾ ਸਿੱਖੀਇਜ਼ਮ ਵਿੱਚ, ਸਾਡੀ ਫਿਲਾਸਫੀ ਵਿੱਚ ਜੋ ਸਾਡਾ ਮਜ਼ਾਕ ਉਡਾਇਆ ਜਾ ਰਿਹਾ ਹੈ, ਕਿਸੇ ਵੀ ਕੌਮ ਦਾ ਮਜ਼ਾਕ ਇਸ ਤਰੀਕੇ ਨਾਲ ਨਹੀਂ ਉਡਾਇਆ ਜਾਂਦਾ। ਜੈਨੀ, ਬੋਧੀ, ਪਾਰਸੀ, ਮੁਸਲਮਾਨ, ਕ੍ਰਿਸਚਨ, ਉਹਨਾਂ ਦੀਆਂ ਮਜ਼ਹਬਾਂ ਦੀਆਂ ਡਿਬੇਟਾਂ ਨਹੀਂ ਹੁੰਦੀਆਂ। ਸਾਡੀ ਕੌਮ ਦੀ, ਸਾਡੇ ਵਿਰਸੇ, ਸਾਡੇ ਮਜ਼ਹਬ ਦੀਆਂ ਡਿਬੇਟਾਂ ਹੁੰਦੀਆਂ, ਅਤੇ ਖਾਲਸੇ ਦਾੜੀਆਂ ਕੱਢ ਕੇ ਅਤੇ ਡਿਬੇਟ ਦੇ ਉੱਤੇ ਕਿੰਤੂ ਪਰੰਤੂ ਕਰਦੇ ਆ ਸਾਡੇ ਗੁਰੂ 'ਤੇ ਕਿ ਇਹ ਗੁਲਾਮੀ ਤੋਂ ਘੱਟ ਹੈ। ਉਹਨਾਂ ਨੂੰ, ਉਹਨਾਂ ਦੀ ਹਮਾਇਤ ਕੌਣ ਕਰ ਰਿਹਾ ਜਿਹੜੇ ਗੁਲਾਮੀ ਮੰਨੀ ਬੈਠੇ ਹੈ, ਜਿਹੜੇ ਗੁਲਾਮ ਕੌਮ, ਜਿਹੜੇ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਗੁਲਾਮ ਹੋਏ ਬੈਠੇ ਹੈ, ਉਹ ਉਹਨਾਂ ਦੀ ਪਿੱਠ ਪੂਰਦੇ ਹੈ। ਉਹਨਾਂ ਦੀ ਵਜ੍ਹਾ ਦੇ ਨਾਲ ਸਾਡੇ ਮਜ਼ਹਬ ਦੀਆਂ ਡਿਬੇਟਾਂ ਹੁੰਦੀਆਂ, ਔਰ ਜਿਹੜੇ ਜਿਨ੍ਹਾਂ ਨੂੰ ਕੋਈ ਕੁਰਬਾਨੀ ਨਹੀਂ, ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ, ਉਹ ਟਿੱਪਣੀਆਂ ਕਰਦੇ ਹੈ ਗੁਰੂ 'ਤੇ। ਇੱਕ ਮੈਂ ਗੱਲ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ, ਕੋਈ ਵੀ ਸ਼ਖਸੀਅਤ, ਕੋਈ ਮਹਾਨ ਯੋਧਾ, ਕੋਈ ਪੈਗੰਬਰ, ਉਹਦੀ ਤੁਲਨਾ ਆਪਦੇ ਦਿਮਾਗ ਮੁਤਾਬਕ, ਆਪਦੇ ਸਰੀਰ ਮੁਤਾਬਕ ਨਾ ਕਰੇ ਕੋਈ ਬੁਲਾਰਾ। ਉਹ ਸ਼ਖਸੀਅਤ ਹੈ, ਉਹ ਬਹਾਦਰ ਹੈ। ਸ਼ਖਸੀਅਤ ਉਦੋਂ ਬਣਦੀ, ਬਹਾਦਰ ਉਦੋਂ ਬਣਦੀ ਜਦੋਂ ਕੋਈ ਕੁਰਬਾਨੀ ਕਰਦਾ। ਅੱਜ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨੂੰ ਅਸੀਂ ਇਹ ਕਹਿ ਦਈਏ ਕਿ ਬਾਬਾ ਨਾਨਕ ਉੱਤੋਂ ਪਹਾੜ ਆਇਆ ਅਤੇ ਬਾਬੇ ਨਾਨਕ ਨੇ ਪੰਜਾ ਲਾ ਤਾ ਅਤੇ ਪੰਜਾ ਵਿੱਚ ਖੁੱਭ ਗਿਆ, ਕਿਵੇਂ ਹੋ ਸਕਦਾ? ਉਹ ਬੋਲਣ ਵਾਲਿਆ, ਵਾਕਿਆ ਤੈਨੂੰ, ਤੂੰ ਨਹੀਂ ਕੁਛ ਕਰ ਸਕਦਾ। ਕੋਈ ਕਹਿੰਦਾ ਬਾਬਾ ਦੀਪ ਸਿੰਘ ਸਿਰ ਤੋਂ ਬਗੈਰ ਕਿਵੇਂ ਲੜ ਸਕਦਾ? ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਤੁਸੀਂ ਸਿਰ ਜੁੜਿਆ ਵੀ ਨਹੀਂ ਲੜ ਸਕਦੇ, ਤੁਸੀਂ ਸਿਰ ਹੁੰਦਿਆਂ ਨਹੀਂ ਕੈਰ ਬੰਦੇ ਉਹ ਲੜ ਸਕਦੇ, ਅਤੇ ਗੱਲਾਂ ਬਾਬੇ ਦੀਪ ਸਿੰਘ ਦੀਆਂ ਕਰਦੇ ਹਾਂ। ਸੋ ਮੈਂ ਇਸ ਕਰਕੇ 5-7 ਮਿੰਟ ਲਏ ਆ ਕਿ ਅੱਜ ਸਾਨੂੰ ਇਸ ਗੱਲ ਨੂੰ ਸੋਚਣ ਦੀ, ਵਿਚਾਰਨ ਦੀ ਲੋੜ ਹੈ। ਆਪਸ ਵਿੱਚ ਫੁੱਟ ਪਾ ਪਾ ਕੇ, ਆਪਸ ਵਿੱਚ ਇੱਕ ਦੂਜੇ ਦੀ ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਲੜਾਈ ਝਗੜੇ ਕਰ ਰਹੇ ਹਾਂ, ਉਹ ਹਾਨੀਕਾਰਕ ਹੈ। ਸਾਡੀ ਗੌਰਮੈਂਟ ਨੂੰ ਇਹ ਪਤਾ ਲੱਗਾ, ਮੇਰੇ 'ਤੇ ਕੇਸ ਇਸੇ ਕਰਕੇ ਲਾਉਂਦੇ ਹੁੰਦੇ ਹੋ, ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਬਦਨਾਮ ਹੋਏ ਹਾਂ। ਉਹ ਤਰੀਕਾ ਠੀਕ ਨਹੀਂ ਸੀ। ਸਾਰੀ ਦੁਨੀਆ ਵਿੱਚ ਫੌਜ ਬਦਨਾਮ ਹੋਈ, ਹਿੰਦੁਸਤਾਨ ਗੌਰਮੈਂਟ ਬਦਨਾਮ ਹੋਈ। ਉਹਨਾਂ ਨੇ ਸਾਡੇ ਭੇਸ ਵਿੱਚ ਜਿਵੇਂ ਨਰਕ ਧਾਰ ਗਿਆ ਆਇਆ ਸੀ, ਇਸ ਤਰੀਕੇ ਨਾਲ ਉਹਨਾਂ ਨੇ ਪਲਾਨ ਕੀਤਾ ਹੋਇਆ ਕਿ ਉਹ ਸਾਡੇ ਭੇਸ ਵਿੱਚ ਬੰਦੇ ਭੇਜਣ, ਸਾਡੇ ਇਸ਼ਟ ਨੂੰ ਕੰਡਮ ਕਰਨ, ਸਾਡੀ ਕੁਰਬਾਨੀ ਨੂੰ ਕੰਡਮ ਕਰਨ, ਅਤੇ ਨੌਜਵਾਨਾਂ ਦੇ ਦਿਲ 'ਚ ਭੁਲੇਖੇ ਪਾਉਣ, ਕਿਉਂਕਿ ਨੌਜਵਾਨ ਤਾਂ ਪਹਿਲਾਂ ਹੀ ਨਹੀਂ ਆਉਂਦੇ ਗੁਰਦੁਆਰੇ। ਜੇ ਗੁਰਦੁਆਰੇ ਆਉਣ ਤਾਂ ਆਪਦੇ ਸਿਰਾਂ ਦੇ ਵਾਲ ਨਾ ਕਟਾਉਣ,
ਦਾੜੀਆਂ ਨਾ ਕਟਾਉਣ। ਅੱਜ ਕੀ ਹੋ ਰਿਹਾ? ਅਸੀਂ ਗੱਲ ਖਾਲਿਸਤਾਨ ਦੀ ਕਰ ਰਹੇ ਹਾਂ, ਸਾਡੇ ਗੁਰੂਆਂ ਨੇ ਸਾਨੂੰ ਕਿਹਾ ਖਾਲਸਾ ਰਾਜ ਦੀ ਗੱਲ, ਪਰ ਸਾਨੂੰ ਤਾਂ ਆਪਦਾ ਸਰੂਪ ਰੱਖਣਾ ਹੀ ਮੁਸ਼ਕਲ ਹੋਇਆ ਪਿਆ। ਸਾਨੂੰ ਕਹਿਣਾ ਪੈ ਰਿਹਾ ਆਪਦੇ ਸਿੱਖਾਂ ਮੁੰਡਿਆਂ ਨੂੰ ਕਿ ਤੁਸੀਂ ਦਾੜੀਆਂ ਰੱਖੋ ਅਤੇ ਕੇਸ ਰੱਖੋ, ਇਹ ਸਾਨੂੰ ਕਹਿਣਾ ਪੈ ਰਿਹਾ। ਸੋ ਮੈਂ, ਕਿਉਂਕਿ 10 ਮਿੰਟ ਕਿਹਾ ਸੀ ਹੋ ਗਏ ਹੁਣੇ ਆ, ਮੇਰੇ ਵਿੱਚ ਤਾਂ ਕੋਈ ਇੰਨੀ ਗੱਲ ਨਹੀਂ, ਨਾ ਮੈਂ ਕੋਈ ਨਾ ਇਤਿਹਾਸ ਜਾਣਦਾ। ਸ਼ਖਸੀਅਤਾਂ, ਮਹਾਨ ਸ਼ਖਸੀਅਤਾਂ ਆਈਆਂ ਕੀਰਤਨ ਵਾਲੇ ਸਿੰਘ ਦਰਬਾਰ ਸਾਹਿਬ ਤੋਂ ਆਏ ਹੈ, ਉਹਨਾਂ ਦਾ ਕੀਰਤਨ ਸਾਹਿਬ ਆਪਾਂ ਸਾਰਿਆਂ ਨੇ ਸੁਣਨਾ ਪ੍ਰੇਮ ਦੇ ਨਾਲ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜਿਹੜੇ ਕਥਾ ਕਰਦੇ ਆ ਦਿੱਲੀ, ਅਤੇ ਦਰਬਾਰ ਸਾਹਿਬ ਆਪਣੇ ਮੰਜੀ ਸਾਹਿਬ 2 ਦਿਨ ਦਿੱਲੀ ਜਾ ਕੇ, 2 ਦਿਨ ਇੱਥੇ, ਅਤੇ ਫਿਰ ਇੱਥੇ ਵੀ ਆਉਂਦੇ ਹੈ। ਇਸ ਕਰਕੇ ਅਮਰ ਛਕੋ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ। ਭਗਤੀ 'ਚੋਂ ਸ਼ਕਤੀ ਮਿਲਣੀ ਹੈ, ਗੱਲਾਂ ਬਾਤਾਂ 'ਚੋਂ ਨਹੀਂ ਮਿਲਣੀ। ਸਾਰਿਆਂ ਦਾ ਧੰਨਵਾਦ, ਵਧਾਈ ਦਿੰਦਾ ਇਹ ਪ੍ਰਬੰਧਕਾਂ ਨੂੰ, ਇਹ ਜਿਨ੍ਹਾਂ ਨੇ ਇਹ ਪ੍ਰੋਗਰਾਮ ਲਿਖਿਆ। ਮੈਂ, ਅਸੀਂ, ਸਾਡੀ ਫੌਜ ਚੱਲ ਰਹੀ ਸੀ ਅਸਾਮ 'ਚੋਂ, ਰਾਤ ਦੇ 12 ਵਜੇ ਗੱਡੀ ਦੇ ਵਿੱਚ ਦਿਨ ਮਨਾਇਆ, ਹੈਪੀ ਈਅਰ, ਹੈਪੀ ਈਅਰ ਅੰਗਰੇਜ਼ੀ। ਅਸੀਂ ਆਪਦੀ ਪੰਜਾਬੀ ਭੁੱਲ ਗਏ, ਲਿਪੀ ਸਾਰਾ, ਸਾਡੇ ਬੱਚੇ ਨਹੀਂ ਪੰਜਾਬੀ ਬੋਲ ਸਕਦੇ। ਇਸ ਕਰਕੇ ਪੰਜਾਬੀ ਵਿਰਸਾ ਨਾ ਛੱਡੋ, ਜਿਹੜਾ ਇਤਿਹਾਸ ਬਣਿਆ ਉਹਦੇ ਲੜ ਲੱਗੋ, ਤਾਂ ਹੀ ਆਪਾਂ ਨੂੰ ਕਾਮਯਾਬੀ ਮਿਲ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।